ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈੱਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਹੈਲੋ ਦੋਸਤੋ, ਸਾਡੇ ਯੂਟਿਊਬ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਕਿੰਨਾ ਵੀ ਖਰਾਬ ਤੋਂ ਖਰਾਬ ਲੀਵਰ ਹੋਵੇ, ਇੱਕ ਹਫ਼ਤੇ ਦੇ ਵਿੱਚ ਹੋ ਜਾਵੇਗਾ ਬਿਲਕੁਲ ਹੀ ਸਹੀ। ਤਾਂ ਦੋਸਤੋ, ਇਸ ਅਚੂਕ ਦਵਾ ਦੇ ਪ੍ਰਯੋਗ ਦੇ ਨਾਲ ਦੋਸਤੋ ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਲਈ ਇੱਕ ਇਹੋ ਜਿਹਾ ਨੁਸਖਾ ਲੈ ਕੇ ਆਇਆ ਹਾਂ ਜਿਸ ਦੇ ਸਿਰਫ ਇੱਕ ਹਫ਼ਤੇ ਦੇ ਪ੍ਰਯੋਗ ਦੇ ਨਾਲ ਤੁਹਾਡਾ ਲੀਵਰ ਚਾਹੇ ਕਿੰਨਾ ਵੀ ਖਰਾਬ ਕਿਉਂ ਨਾ ਹੋਵੇ ਸਹੀ ਹੋ ਜਾਵੇਗਾ ਸਿਰਫ ਇੱਕ ਹਫ਼ਤੇ ਦੇ ਇਸਤੇਮਾਲ ਦੇ ਨਾਲ। ਤਾਂ ਦੋਸਤੋ, ਇਹ ਨੁਸਖਾ ਲੀਵਰ ਦੇ ਵਧਣ 'ਤੇ ਵੀ ਬਹੁਤ ਹੀ ਜ਼ਿਆਦਾ ਕਾਰਗਰ ਹੈ। ਇਸ ਦੇ ਨਾਲ ਨਾਲ ਕਈ ਲੋਕਾਂ ਦੇ ਪੇਟ ਵੱਧ ਜਾਂਦੇ ਹਨ ਅਤੇ ਲੱਤਾਂ ਸੁੱਕ ਜਾਂਦੀਆਂ ਹਨ, ਉਹਨਾਂ ਦੇ ਲਈ ਵੀ ਇਹ ਨੁਸਖਾ ਇੱਕ ਰਾਮਬਾਣ ਔਸ਼ਧੀ ਦੀ ਤਰ੍ਹਾਂ ਕੰਮ ਕਰਦਾ ਹੈ। ਤਾਂ ਦੋਸਤੋ, ਆਓ ਜਾਣਦੇ ਹਾਂ ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਆਪਾਂ ਨੂੰ ਕਿਹੜੀ ਕਿਹੜੀ ਚੀਜ਼ਾਂ ਚਾਹੀਦੀਆਂ ਹਨ। ਤਾਂ ਦੋਸਤੋ, ਅੰਗੂਰ ਦਾ ਸਿਰਕਾ 100 ਗ੍ਰਾਮ, ਨਿੰਬੂ ਦਾ ਰਸ 100 ਗ੍ਰਾਮ, ਮੂਲੀ ਦਾ ਰਸ 100 ਗ੍ਰਾਮ, ਨੌਸਾਧਾਰ 60 ਗ੍ਰਾਮ, ਆਕਾਸ਼ ਬੇਲ ਦਾ ਰਸ 100 ਗ੍ਰਾਮ। ਆਕਾਸ਼ ਬੇਲ ਅਮਰ ਬੇਲ ਨੂੰ ਕਹਿੰਦੇ ਹਨ। ਦੋਸਤੋ, ਹੁਣ ਜਾਣਦੇ ਹਾਂ ਇਸ ਨੁਸਖੇ ਨੂੰ ਬਣਾਉਣ ਦੀ ਵਿਧੀ, ਉਸ ਤੋਂ ਬਾਅਦ ਜਾਣਾਂਗੇ ਆਪਾਂ ਇਸ ਨੁਸਖੇ ਨੂੰ ਪ੍ਰਯੋਗ ਕਰਨ ਦੀ ਵਿਧੀ। ਇੱਕ ਕੱਚ ਦੀ ਬੋਤਲ ਦੇ ਵਿੱਚ ਇਹ ਸਾਰੇ ਸਮਾਨ ਨੂੰ ਪਾ ਦਵੋ। ਨੌਸਾਧਾਰ ਨੂੰ ਤੁਸੀਂ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕਰਕੇ ਪਾਓ। ਸਾਰੀਆਂ ਚੀਜ਼ਾਂ ਨੂੰ ਬੋਤਲ ਦੇ ਵਿੱਚ ਪਾ ਕੇ ਉਸਦਾ ਢੱਕਣ ਟਾਈਟ ਕਰਕੇ ਬੋਤਲ ਨੂੰ ਧੁੱਪ ਵਿੱਚ ਰੱਖ ਦਵੋ। ਸਵੇਰੇ ਧੁੱਪ ਵਿੱਚ ਰੱਖਣਾ ਹੈ ਅਤੇ ਸ਼ਾਮ ਨੂੰ ਇਸ ਨੂੰ ਖੁੱਲ੍ਹੀ ਜਗ੍ਹਾ 'ਤੇ ਘਰ ਦੇ ਵਿੱਚ ਰੱਖਣਾ ਹੈ। 5 ਦਿਨ ਧੁੱਪ ਵਿੱਚ ਰੱਖਣ ਤੋਂ ਬਾਅਦ ਰੋਗੀ ਦੇ ਲਈ ਇਹ ਨੁਸਖਾ ਬਿਲਕੁਲ ਹੀ ਰੇਡੀ ਹੈ ਪ੍ਰਯੋਗ ਕਰਨ ਦੇ ਲਈ। ਤਾਂ ਦੋਸਤੋ, ਹੁਣ ਜਾਣਦੇ ਹਾਂ ਇਸ ਦੇ ਸੇਵਨ ਦੀ ਵਿਧੀ। ਤਾਂ ਦੋਸਤੋ, ਰੋਗੀ ਨੂੰ ਇਸਦਾ ਸੇਵਨ ਪਹਿਲੇ ਦਿਨ ਸਵੇਰੇ ਨਾਸ਼ਤੇ ਤੋਂ 1 ਘੰਟੇ ਪਹਿਲਾਂ 10 ਗ੍ਰਾਮ ਸੇਵਨ ਕਰਨਾ ਹੈ, ਦੂਜੇ ਦਿਨ ਨਾਸ਼ਤੇ ਤੋਂ ਪਹਿਲਾਂ 20 ਗ੍ਰਾਮ, ਤੀਜੇ ਦਿਨ 30 ਗ੍ਰਾਮ, ਚੌਥੇ ਦਿਨ 40 ਗ੍ਰਾਮ ਅਤੇ ਉਸ ਤੋਂ ਬਾਅਦ ਤੁਸੀਂ ਪ੍ਰਤੀ ਦਿਨ 40 ਗ੍ਰਾਮ ਹੀ ਪਿਆਉਂਦੇ ਰਹੋ। 1 ਹਫ਼ਤੇ ਤੋਂ ਬਾਅਦ ਤੁਹਾਨੂੰ ਆਪਦੇ ਸਰੀਰ ਦੇ ਵਿੱਚ ਬਹੁਤ ਹੀ ਅਦਭੁਤ ਪਰਿਣਾਮ ਮਿਲਣਗੇ। ਤੁਹਾਡਾ ਲੀਵਰ 1 ਹਫ਼ਤੇ ਦੇ ਵਿੱਚ ਬਿਲਕੁਲ ਹੀ ਸਹੀ ਹੋ ਜਾਵੇਗਾ। ਤਾਂ ਦੋਸਤੋ, ਤੁਸੀਂ ਵੀ ਇਸ ਨੁਸਖੇ ਦਾ ਇਸਤੇਮਾਲ ਕਰਕੇ ਲੀਵਰ ਦੀ ਸਾਰੀਆਂ ਹੀ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਤਾਂ ਦੋਸਤੋ, ਤੁਹਾਡਾ ਦੋਸਤ ਮਿੱਤਰ ਜਾਂ ਫਿਰ ਕੋਈ ਤੁਹਾਡਾ ਰਿਸ਼ਤੇਦਾਰ ਇਸ ਤਰ੍ਹਾਂ ਦੀ ਸਮੱਸਿਆ ਦੇ ਨਾਲ ਪਰੇਸ਼ਾਨ ਹੈ ਤਾਂ ਉਸ ਦੇ ਨਾਲ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਉਹ ਵੀ ਲੀਵਰ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਸਮੱਸਿਆ ਦਾ ਸਮਾਧਾਨ ਕਰ ਸਕੇ। ਤਾਂ ਦੋਸਤੋ, ਤੁਸੀਂ ਹੈਲਦੀ ਰਹੋ, ਇਹੀ ਮੈਂ ਚਾਹੁੰਦਾ ਹਾਂ। ਤਾਂ ਦੋਸਤੋ, ਅੱਜ ਦੇ ਇਸ ਵੀਡੀਓ ਦੇ ਵਿੱਚ ਇੰਨਾ ਹੀ। ਜੇ ਤੁਹਾਨੂੰ ਇਹ ਟਿਪਸ, ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।